ਮਾਮਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਭਿੜ ਗਈਆਂ ਤੇ ਅੰਨੇਵਾਹ ਗੋਲੀਆਂ, ਡਾਂਗਾ, ਸੋਟੇ ਤੇ ਕਿਰਪਾਨਾਂ ਚੱਲੀਆਂ। ਇਸ ਝਗੜੇ 'ਚ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਰੈਫਰ ਕੀਤਾ ਗਿਆ। ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਉਸਦੇ 4 ਮੁੰਡੇ ਨੇ, ਪਰ ਇੱਕ ਮੁੰਡੇ ਨੂੰ ਉਹਨਾਂ ਨੇ ਬੇਦਖਲ ਕੀਤਾ ਹੋਇਆ ਜੋ ਉਹਨਾਂ ਦੇ ਕਹਿਣੇ ਤੋਂ ਬਾਹਰ ਹੈ, ਤੇ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਦੇ ਬੇਦਖਲ ਕੀਤੇ ਮੁੰਡੇ ਦਾ ਕਿਸੇ ਵਿਅਕਤੀ ਦੇ ਨਾਲ ਝਗੜਾ ਹੋ ਗਿਆ ਤੇ ਉਸੇ ਰੰਜਿਸ਼ ਦੇ ਤਹਿਤ ਪਾਲ ਸਿੰਘ ਆਪਣੇ 20-25 ਸਾਥੀਆਂ ਦੇ ਨਾਲ ਉਹਨਾਂ ਦੇ ਘਰ ਤੇਜ਼ ਧਾਰ ਹਥਿਆਰਾਂ ਨਾਲ ਆ ਵੜਿਆ ਤੇ ਉਸਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਤੇ ਜਦੋਂ ਉਹਨਾਂ ਨੇ ਰੋਲਾ ਪਾਇਆ ਤਾਂ ਗਵਾਂਢੀ ਵੀ ਆ ਗਏ ਅਤੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਹਨਾਂ ਦੇ ਗਵਾਂਢੀਆਂ ਤੇ ਵੀ ਹਮਲਾ ਕਰ ਦਿੱਤਾ, ਜਿਸ ਦੇ ਚੱਲਦੇ ਬਿਕਰਮ ਸਿੰਘ ਦੇ ਗੋਲੀ ਵੱਜੀ ਹੈ ਤੇ ਕਰਨ ਸਿੰਘ ਦੇ ਸਿਰ ਤੇ ਸੱਟ ਲੱਗੀ ਹੈ ਤੇ ਉਹ ਜ਼ਖਮੀ ਹੋ ਗਿਆ। ਉੱਥੇ ਪੀੜਤ ਪਰਿਵਾਰ ਹੁਣ ਇਨਸਾਫ ਦੀ ਗੁਹਾਰ ਲਗਾ ਰਿਹਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਘਟਨਾ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਥਾਣੇ ਸਰਾਏ ਅਮਾਨਤ ਖਾਂ ਦੇ ਅਧੀਨ ਆਉਂਦੇ ਪਿੰਡ ਗੰਢੀ ਵਿੰਡ ਤੋਂ ਸਾਹਮਣੇ ਆਈ ਹੈ। ਵੇਖੋ ਸਰ, ਇਹ ਸਾਡਾ ਬੇਟਾ ਵਾ ਜਸਬੀਰ ਸਿੰਘ ਬਾਬਾ, ਉਹਨਾਂ ਤੋਂ ਹੋਇਆ ਸੀ ਕੁਛ ਥੋੜ੍ਹਾ ਬੜਾ ਝਗੜਾ, ਅਤੇ ਬਾਕੀ ਇਹ ਜਿਹੜਾ ਹੈਗਾ ਵਾ ਪਾਲ ਸਿੰਘ ਮੈਂਬਰ ਸਾਡੇ ਪਿੰਡ ਦਾ ਹੀ, ਗੰਢੀ ਪਿੰਡ ਦਾ ਹੀ ਆ, ਸਾਡੀ ਗਲੀ ਦੇ ਵਿੱਚ ਹੀ ਆ। ਇਹ ਸਾਡੇ ਘਰ ਆਣ ਕੇ ਅਤੇ ਕੋਈ 25-30 ਬੰਦੇ ਇਹਨੇ ਨਾਲ ਲੈ ਕੇ ਅਤੇ ਸਾਡੇ ਘਰ ਆਣ ਕੇ ਹਮਲਾ ਕਰ ਦਿੱਤਾ ਵਾ, ਦਾਤਰ, ਕਿਰਪਾਨਾਂ ਅਤੇ ਜਾਣੀ ਕਿ ਰਿਵਾਲਵਰ, ਅਤੇ ਆਂਢ ਗੁਆਂਢ ਨੇ ਸਾਨੂੰ ਸਮਝੋ ਵੀ ਬਚਾਇਆ ਵਾ, ਇਹਨਾਂ ਆਣ ਕੇ ਅਤੇ ਇੱਟੇ ਰੋੜੇ ਚਲਾਏ ਆ, ਦਾਤਰ ਚਲਾਏ ਆ, ਅਤੇ ਕਾਫੀ ਜਾਣੀ ਕਿ ਖਲਾਰਾ ਜਿਹੜਾ ਵਾ ਇਹਨਾਂ ਪਾਇਆ। ਇਹ ਬੰਦੇ 25-30 ਬੰਦੇ ਹੈ ਜੀ। ਅਤੇ ਜਿਹੜੇ ਬੰਦੇ ਜ਼ਖਮੀ ਹੈ ਕੀ ਲੱਗਦੇ ਤੁਹਾਡੇ? ਜਿਹੜੇ ਬੰਦੇ ਜ਼ਖਮੀ ਹੈ ਸਾਡੇ ਗੁਆਂਢੀ ਹੈ ਜੀ। ਕਿਤਨਾ ਆਏ ਤੁਹਾਡੇ? ਹਾਂ, ਇਹ ਸਾਡਾ ਰੌਲਾ ਸੁਣ ਕੇ ਸਾਨੂੰ ਛਡਾਉਣ ਵਾਸਤੇ ਆਏ ਆ, ਅਤੇ ਇਹਨਾਂ ਨੇ ਉਹਨਾਂ ਦੇ ਵੀ ਗੋਲੀ ਮਾਰਤੀ ਆ। ਸ਼ਰੇਆਮ ਗੁੰਡਾਗਰਦੀ। ਝਗੜੇ ਦਾ ਕੀ ਕਾਰਨ? ਝਗੜੇ ਦਾ ਕਾਰਨ ਵੇਖੋ ਜੀ, ਕੋਈ ਮਾਮੂਲੀ ਗੱਲ, ਚੋਰੀ ਦਾ, ਕੋਈ ਛੋਟੀ ਮੋਟੀ, ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਕੀ ਆ ਕੀ ਨਹੀਂ। ਮੈਂ ਸਿਰਫ ਮਿਲਿਆ ਵਾਂ ਅਤੇ ਇਹਨਾਂ ਨੇ ਪੁੱਛਿਆ ਵੀ ਕੀ ਗੱਲ ਹੋਈ ਆ, ਕੋਈ ਨਹੀਂ, ਬਸ ਗੁੰਡਾਗਰਦੀ ਆਪਣੀ ਜਿਹੜੀ ਇਹਨਾਂ ਨੂੰ ਖਾ ਕੇ। ਬੇਟੇ ਨਾਲ ਹੋਈ ਹੈ, ਮੇਰੇ ਨਾਲ ਤਾਂ ਕੋਈ ਨਹੀਂ, ਇਹ ਸਾਡੇ ਨਾਲ ਇਹ ਗੁੰਡਾਗਰਦੀ ਇਹ ਆ ਵੀ ਸਾਡੇ ਪਰਿਵਾਰ ਨੂੰ ਗਾਲਾਂ ਕੱਢੀਆਂ ਗਈਆਂ ਵਾਂ, ਕੁੱਟਮਾਰ ਕੀਤੀ ਗਈ ਆ। ਨਹੀਂ ਨਹੀਂ ਜੀ, ਮੈਂ ਤਾਂ ਉਹਨੂੰ ਬੇਦਖਲ ਕੀਤਾ ਵਾ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਜਿਹਦੇ ਨਾਲ ਕੋਈ ਉਨੀ ਕੀ ਹੋਈ ਆ, ਸਾਡੇ ਨਾਲ ਨਹੀਂ ਕੋਈ ਇਹੋ ਜਿਹਾ। ਕਿਸ ਤਰ੍ਹਾਂ ਹੈ ਜੀ ਕਿ ਇਹ ਦੋ ਧਿਰ ਨੇ ਪਿੰਡ ਗੰਢੀ ਵਿੰਡ ਦੀਆਂ ਨੇ, ਇੱਕ ਕਰਨ ਸਿੰਘ ਹੈ ਅਤੇ ਬਿਕਰਮ ਸਿੰਘ ਹੈ ਜਿਹੜੇ ਆਪਣੇ ਜ਼ਖਮੀ ਨੇ, ਅਤੇ ਜਿਹੜੇ ਆਪਣੇ ਮੇਨ ਦੋਸ਼ੀ ਹੈ ਅਤੇ ਆਪਣੇ ਮੌਸਮੀ ਆਪਣੇ ਉਹ ਹੈਗੇ ਨੇ ਪਾਲ ਸਿੰਘ, ਅਤੇ ਉਹਨਾਂ ਨਾਲ ਹੋਰ ਵੀ ਸਾਥੀ ਨੇ ਉਹਨਾਂ ਦੇ, ਅਤੇ ਇਹਨਾਂ ਦੋਵਾਂ ਦੀ ਅੱਜ ਗੰਢੀ ਵਿੰਡ ਵਿਖੇ ਲੜਾਈ ਹੋਈ ਹੈ, ਅਤੇ ਜਿਸ ਅਕੋਰਡਿੰਗ ਉਹਨਾਂ ਨੇ ਸਟੇਟਮੈਂਟ ਲਈ ਜਾ ਰਹੀ ਹੈ ਕਰਨ ਸਿੰਘ ਦੀ, ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ। ਵਜ੍ਹਾ ਰੰਜਿਸ਼ ਪਤਾ ਕੀ ਕੀਤਾ? ਵਜ੍ਹਾ ਰੰਜਿਸ਼ ਅਜੇ ਪੂਰੀ ਕਲੀਅਰ ਨਹੀਂ ਹੈਗੀ, ਸਟੇਟਮੈਂਟ ਤੋਂ ਬਾਅਦ ਤੁਹਾਨੂੰ ਪੂਰੀ ਕਲੀਅਰ ਕਰਕੇ ਦੱਸਾਂਗੇ। ਕੀ ਹੋ ਰਹੀ ਹੈ ਜੀ? ਲਿਖ ਰਿਹਾ ਸਟੇਟਮੈਂਟ, ਦੋ ਬੰਦੇ ਜ਼ਖਮੀ ਹੈ, ਕਰਨ ਸਿੰਘ ਹੈ ਅਤੇ ਇੱਕ ਬਿਕਰਮ ਸਿੰਘ ਹੈ, ਦੋਵੇਂ ਗੰਢੀ ਵਿੰਡ ਦੇ। ਕੀ ਹਾਲਤ ਉਹਨਾਂ ਦੀ ਇਸ ਵੇਲੇ? ਇਸ ਵੇਲੇ ਲਾ ਲਓ ਕਰਨ ਸਿੰਘ ਠੀਕ ਹੈ, ਥੋੜ੍ਹਾ ਸਟੇਬਲ ਹੈ, ਅਤੇ ਦੂਸਰੇ ਮੇਰੇ ਕਿਹਾ ਬਿਕਰਮ ਸਿੰਘ ਅਜੇ ਇੰਨੇ ਸਟੇਬਲ ਨਹੀਂ ਹੈਗੇ ਨੇ।